2015 ਦੇ ਬੇਅਦਬੀ ਮਾਮਲੇ ਵਿੱਚ ਪਕੌੜਾ ਕਰਾ ਦਿੱਤੇਗੇ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸਿਸਾ ਮੁਖੀ ਦੇ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਔਰ ਡੇਰਾ ਦੀ ਨੈਸ਼ਨਲ ਕਮੇਟੀ ਦਾ ਮੈਂਬਰ ਵੀ ਮੰਨਿਆ ਜਾਂਦਾ ਫਰੀਪ 7.5 ਸਾਲ ਤੋਂ ਜਿਹੜਾ ਪਗੋੜਾ ਕਰਾਸੀ ਅੱਜ ਉਸ ਨੂੰ ਫਰੀਦਕੋਟ ਪੁਲਿਸ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਨਾਟਕੀ ਢੰਗ ਨਾਲ ਜੜੀਸ ਤੇ ਗ੍ਰਿਫਤਾਰੀ ਹੋਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਵਾਇਰਲ ਹੋਈਆਂ ਸੀ ਜਿਸ ਵਿੱਚ ਉਸ ਨੂੰ ਯੋਧੇ ਵਿੱਚ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਟੀਮ ਗਠਿਤ ਕਰਕੇ ਇਸ ਟੀਮ ਨੂੰ ਜਿਹੜਾ ਉੱਥੇ ਭੇਜਿਆ ਗਿਆ ਸੀ ਔਰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਇਸ ਦੀ ਗ੍ਰਿਫਤਾਰੀ ਹੈ ਕਿਤਾ ਕਿਸ ਰਸਤੀ ਗ੍ਰਿਫਤਾਰੀ ਹੋਈ ਔਰ ਇਸ ਵਿੱਚ ਸਾਰੇ ਵਿੱਚ ਕਿਸ ਤ ਗਲਤ ਗੱਲ ਕਹਤੇ ਸਰ ਡੇਰਾ सिरसा ਦੇ ਜਿਹੜੇ ਨੈਸ਼ਨਲ ਕਮੇਟੀ ਦੇ ਮੈਂਬਰ प्रदीप ਪਲੇ ਦੀ ਜਿਸ ਨੂੰ ਕਿ ਪਕੋੜਾ ਕਰਾਤਾ ਉਸ ਦੀ ਗ੍ਰਿਫਤਾਰੀ ਹੋਈ ਹੈ ਹੁਣ ਕਿਸ ਤਰ੍ਹਾਂ ਦਾ ਮੋਡਿਊਲ ਜਿਹੜਾ ਪੁਲਿਸ ਵੱਲੋਂ ਕੀਤਾ ਗਿਆ ਸੀ ਤਿਆਰ ਔਰ ਕਿਸ ਤਰ੍ਹਾਂ ਇਸ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ ਇਹ ਬੜੇ ਸੀਰੀਅਸ ਕੇਸਿਸ ਜਿਹੜੇ ਬੇਅਦਬੀ ਦੇ ਸੀਗੇ ਅੰਦਰਾ ਦੇ ਇਹਨਾਂ ਦੇ ਵਿੱਚ ਚਲ ਰਹੀਦਾ ਸੀਗਾ ਸਾਡੀ ਕੋਸ਼ਿਸ਼ ਤਾਂ ਲਗਾਤਾਰ ਇਸ ਨੂੰ ਅਰੈਸਟ ਕਰਨ ਦੀ ਸੀਗੀ ਅਸੀਂ ਟੀਮਜ਼ ਵਗੈਰਾ ਕਾਫੀ ਦਿਨ ਤੋਂ ਕੰਸਟੀਚੂਟ ਕੀਤੀਆਂ ਸੀਗੀਆਂ ਤੇ ਹੁਣ ਸਾਡੀ ਇਹ ਐਫਰਟ ਸਕਸੈਸਫੁਲ ਰਹੀ ਹੈ ਔਰ ਅਸੀਂ ਇਸ ਨੂੰ ਅਰੈਸਟ ਕਰਨ ਦੇ ਵਿੱਚ ਸਕਸੈਸਫੁਲ ਰਹੇ ਹਾਂ ਸਰ ਕਿਹੜੇ ਕਿਹੜੇ ਮਾਮਲੇ ਵਿੱਚ ਵਾਂਟਡ ਸੀ ਇਹ ਬੇਅਦਬੀ ਦੇ ਮਾਮਲੇ ਜਿਹੜੇ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਰਜਿਸਟਰ ਕੀਤੇ ਗਏ ਸੀ ਤਿੰਨ ਕੇਸਸ ਉਹਨਾਂ ਦੇ ਵਿੱਚ ਇਹ ਐਸ ਕੋ ਕਨਸਪੀਰੇਟਰ ਵਾਂਟਰ ਸੀਗਾ ਸੱਚੀ ਗੱਲ ਕਰੀਏ ਤਾਂ ਪ੍ਰਦੀਪ ਪਲੇਅਰ ਦੇ ਨਾਲ ਦੋ ਹੋਰ ਵਿਅਕਤੀ ਜਿਹੜੇ ਭਗੋੜਾ ਕਰਾ ਦਿੱਤੇ ਗਏ ਸੀ ਜਿਸ ਵਿੱਚ ਹਰਸ਼ ਪੂਰੀ ਔਰ ਸੰਦੀਪ ਬਰੇਟਾ ਕੀ ਉਹਨਾਂ ਦੀ ਗ੍ਰਿਫਤਾਰੀ ਹੁਣ ਸੰਭਵ ਹੋ ਸਕਦੀ ਹੈ ਇਸ ਦੀ ਪੁੱਛ ਕਿਸ ਤੋਂ ਬਾਅਦ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜੀ ਔਰ ਵੀ ਆਰ ਫੋਕਸਿੰਗ ਔਨ ਆਲ ਦਿਸ ਵੀ ਆਰ ਹੋਪਫੁਲ ਥੈਟ ਵੀ ਵਿਲ ਬੀ ਏਬਲ ਟੂ ਪ੍ਰੋਡਿਊਸ ਪੋਜ਼ਿਟਿਵ ਰਿਜ਼ਲਟਸ ਸੂਨ ਵੀ ਅਬ ਵੀ ਮਾਮਲਾ ਜਿਹੜਾ ਗੱਲ ਕਰੀਏ ਤਾਂ ਕਾਫੀ ਜਿਹੜਾ ਪੰਜਾਬ ਵਿੱਚ ਇਸ ਦਾ ਰਲ ਰਿਹਾ ਔਰ ਇਸ ਸਾਰੇ ਮਾਮਲੇ ਦੇ ਵਿੱਚ ਇਸ ਦੀ ਕੀ ਪੁੰਕਾ ਜਿਹੜੀ ਸਾਮਣੀ ਹੈ ਇਸ ਇਹ ਕੋ ਕਨਸਪੀਰੇਟਰ ਦੀ ਭੂਮਿਕਾ ਦੀ ਸਾਹਮਣੇ ਆਈ ਹੈਗੀ ਆ ਔਰ ਹੁਣ ਅੱਗੇ ਫਰਦਰ ਇਸ ਦਾ ਅਜੇ ਅਰੈਸਟ ਜਿਹੜੀ ਹੈਗੀ ਆ ਔਰ 174 ए ਦੇ ਮਾਮਲਿਆਂ ਦੇ ਵਿੱਚ ਪਾਈ ਗਈ ਹੈ ਜਿਹੜਾ ਐਪੀਓ ਤੇ ਨਾ ਕੇਸਸ ਦੇ ਵਿੱਚ ਡਿਕਲੇਅਰ ਕੀਤਾ ਗਿਆ ਸੀਗਾ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਆ ਔਰ ਰਿਮਾਂਡ ਦੇ ਦੌਰਾਨ ਪੁੱਛ ਕੇ ਜਿਹੜੇ ਫੈਕਟਸ ਅੱਗੇ ਸਾਡੇ ਕੋਲ ਅਵੇਲੇਬਲ ਸੀਗੇ ਉਹਨਾਂ ਦੀ ਫਰਦਰ ਵੈਰੀਫਿਕੇਸ਼ਨ ਹੋਏਗੀ ਕਲੈਰੀਫਿਕੇਸ਼ਨ ਹੋਏਗੀ ਔਰ ਹੋਰ ਵੀ ਤਸਵੀਰ ਸਾਹਕੋਈ ਕਿ ਸਰਛਬੰਦੀ ਕੋਈ ਜਾਣ ਕੇ ਮਿਲੀ ਕਿ ਇੰਨਾ ਦੇਰ ਕਿਨੂੰ ਕਿੱਥੇ ਰਿਹਾ ਔਰ ਕਿਸ ਪੇਸ ਦੇ ਵਿੱਚ ਰਿਹਾ ਜਾਂ ਕਿਸ ਕੋਈ ਨਾਮ ਬਦਲ ਕੇ ਰਿਹਾ ਇਹ ਵੀ ਸਾਰਾ ਕੁਝ ਪੁੱਛਗਿੱਛ ਦੇ ਦੌਰਾਨ ਸਪਸ਼ਟ ਹੋਏਗਾ ਇਸ ਬਾਰੇ ਪਤਾ ਲਾਇਆ ਜਾਏਗਾ ਹੁਣ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਪੁਲਿਸ ਰਿਮਾਂਡ ਦੇ ਵਿੱਚ ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਕਿਉਂਕਿ ਗਾਫੀ ਗੰਭੀਰ ਮਾਮਲੇ ਕਾਫੀ ਗੰਭੀਰ ਰੂਪ ਇਸ ਦਾ ਆ ਬੇਦਬੀ ਦੇ ਕੇਸਾਂ ਨਾਲ ਜੁੜੇ ਹਰ ਤਰ੍ਹਾਂ ਦੇ ਜਿੰਨੇ ਵੀ ਮਾਮਲੇ ਹੈਗੇ ਨੇ ਜਿੰਨੇ ਵੀ ਮੁੱਦੇ ਹੈਗੇ ਨੇ ਕੁਐਸਚਨਸ ਹੈਗੇ ਨੇ ਉਹਨਾਂ ਦੇ ਬਾਰੇ ਇਹਨਾਂ ਨੂੰ ਵਿਸਤਾਰ ਸਹਿਤ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਬਿਲਕੁਲ ਫੀਟਕੋਟ ਪੁਲਿਸ ਵੱਲੋਂ ਹੌਨਰੈਂਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਪੁਲਸ ਹਿਮਾਂਟ ਤੇ ਲਿਆ ਗਿਆ ਜਿਸ ਦੌਰਾਨ ਇਸ ਤੋਂ ਕਾਫੀ ਜੜੀ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਨੇ ਇਸ ਸਮੇਂ ਦੇ ਦੌਰਾਨ ਇਹ ਵਿਅਕਤੀ ਕਿੱਥੇ ਰਿਹਾ ਔਰ ਇਸ ਦੇ ਜਿਹੜੇ ਦੋ ਹੋਰ ਪਿਗੋੜੇ ਸਾਥੀ ਨੇ ਉਹ ਕਿੱਥੇ ਆਏ ਨੇ ਔਰ ਉਹਨਾਂ ਬਾਰੇ ਵੀ ਜਿਹੜਾ ਪੁਲਿਸ ਜਿਹੜੀ ਉਹਨਾਂ ਦਾ ਪਤਾ ਕੰਗਾਲਣ ਦੀ ਕੋਸ਼ਿਸ਼ ਕਰੇਗੀ ਫੀਟਕੋਟ ਤੋਂ ਨਰੇਸ਼ ਸੇਠੀ ਨਿਊਜ਼ਟ